ਲੋਜੀ ਹੈ ਕੋਈ ਸਾਡੇ ਲੀਡਰਾਂ ਦਾ ਦੀਨਮਾਨ ਹਰ ਗੱਲ ਦੇ ਉੱਤੇ ਵਿਵਾਦ ਜਿਹੜਾ ਉਹ ਸਾਡੇ ਲੀਡਰਾਂ ਦੀ ਜਿਹੜੀ ਉਹ ਖਾਸੀਅਤ ਬਣ ਗਈ ਹੈ ਹੁਣ ਭਾਜਪਾ ਦਾ આરોਪ ਆ ਜੀ ਕੇਜਰੀਵਾਲ ਦੇ ਬੰਗਲੇ ਦੇ ਉੱਤੇ 45 ਕਰੋੜ ਰੁਪਏ ਖਰਚ ਹੋਇਆ ਸਾਰੀ ਗੱਲਬਾਤ ਤੁਸੀਂ ਸੁਣੀਓ ਅੱਗੇ ਤੁਹਾਡੇ ਨਾਲ ਸ਼ੇਅਰ ਕਰੂੰਗਾ ਆਪ ਦਾ ਜਵਾਬ ਜਿਹੜਾ ਆ ਪੀਐਮ ਦੇ ਘਰ ਦੇ ਉੱਤੇ ਤਾਂ 500 ਕਰੋੜ ਲੱਗਾ ਆ 10 ਲੱਖ ਦਾ ਸੂਟ ਵੀ ਪਾਉਂਦੇ ਆ ਸੋ ਦਿੱਲੀ ਭਾਜਪਾ ਅધ્યક્ષ ਵਰਿੰਦਰ ਸਚਦੇਵਾ ਨੇ ਮੰਗਲਵਾਰ ਨੂੰ ਦਾਵਾ ਕੀਤਾ ਹੈ ਕਿ ਮੁੱਖ ਮੰਤਰੀ ਕੇਜਰੀਵਾਲ ਦਾ ਘਰ ਤੇ ਆਫਿਸ ਜਾਣ ਦੇ ਵਿੱਚ 45 ਕਰੋੜ ਰੁਪਇਆ ਖਰਚ ਕੀਤਾ ਗਿਆ ਹੈ ਤੇ ਕੇਜਰੀਵਾਲ ਜਿਹੜੇ ਆ ਉਹ ਘਰ ਨਹੀਂ ਸ਼ੀ ਜਮੈਲ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਸਚਦੇਵਾ ਦੇ આરોਪ ਦੇ ਉੱਤੇ ਆਮ ਆਦਮੀ ਪਾਰਟੀ ਦਾ ਵੀ ਫਿਰ ਜਵਾਬ ਆਇਆ ਸੰਜੇ ਸਿੰਘ ਨੇ ਕਿਹਾ ਕੀ ਪ੍ਰਧਾਨ ਮੰਤਰੀ ਦਾ ਕਾਰ ਠੀਕ ਕਰਾਉਣ ਨੂੰ 500 ਕਰੋੜ ਰੁਪਏ ਲੱਗੇ 8400 ਕਰੋੜ ਦਾ ਜਹਾਜ਼ ਖਰੀਦਿਆ ਤੁਸੀਂ ਖਬਰ ਵੀ ਦੇਖੀ ਹੋਣੀ ਆ ਪੀਐਮ 12 ਕਰੋੜ ਦੀ ਕਾਰ ਤੋਂ ਚੱਲਦੇ ਆ ਸਵਾ ਲੱਖ ਦੇ ਪੈਨ ਨਾਲ ਲਿਖਦੇ ਆ 10 ਲੱਖ ਦਾ ਸੂਟ ਤੇ 1.6 ਲੱਖ ਦਾ ਚਸ਼ਮਾ ਪਹਿਨਦੇ ਆ ਸੋ ਇਹਦੇ ਉੱਪਰ ਤਾਂ ਭਾਜਪਾ ਜਿਹੜੀ ਉਹ ਕੋਈ ਸਵਾਲ ਨਹੀਂ ਉਠਾਉਂਦੀ ਸੋ ਵੀਰੋ ਕੀ ਦੱਸੋ ਇਹਨਾਂ ਦੇ ਲੈਵਲ ਦੇਖੋ ਇਹਨਾਂ ਦੇ ਕੀ ਆ ਇਹ ਕੀ ਇਹਨਾਂ ਨੇ ਦੇਸ਼ ਨੂੰ ਸੁਧਾਰਨਾ ਹੈ ਔਰ ਕੀ ਇਹਨਾਂ ਦੀ ਜਿਹੜੀ ਉਹ ਸੋਚ ਆ ਥੋੜਾ ਜਿਹਾ ਤੁਹਾਨੂੰ ਦੱਸ ਦਾਂ ਕਿ ਕੇਜਰੀਵਾਲ ਦੇ ਜਿਹੜੇ ਉਹ ਘਰ ਨੂੰ 80 ਸਾਲ ਹੋ ਗਏ ਆ ਤੇ ਤਿੰਨ ਘਟਨਾਵਾਂ ਹੋਈਆਂ ਆ ਇਸ ਘਰ ਦੇ ਵਿੱਚ ਤੇ ਜਿਹਦੇ ਵਿੱਚ ਉਹਨਾਂ ਦੇ ਮਾਤਾ ਪਿਤਾ ਨੂੰ ਵੀ ਇੱਕ ਵਾਰੀ ਜਿਹੜੀ ਉਹ ਬਾਲ-ਬਾਲ ਬਚੇ ਆ ਤੇ ਇਸ ਤੋਂ ਬਾਅਦ ਸੀਮ ਦੇ ਕਮਰੇ ਤੇ ਗੈਸਟ ਰੂਮ ਦੇ ਵਿੱਚ ਵੀ ਇਹੀ ਹੋਇਆ ਸੀ ਤੇ ਪੀਵੀਡੀ ਪੀਡਬਲਯੂਡੀ ਨੇ ਇਹਨੂੰ ਜਿਹੜਾ ਉਹ ਦੁਬਾਰਾ ਬਣਾਉਣ ਦੀ ਜਿਹੜੀ ਉਹ ਮੰਗ ਕੀਤੀ ਸੀਗੀ ਸੋ ਵੀਰੋ ਕੀ ਇਹੇ ਚੱਕਰਾਂ ਦੇ ਵਿੱਚ ਹੋਏ ਹੋਏ ਆ ਦੱਸੋ ਨਾ ਤਾਂ મોદી ਦਾ ਉਹ ਘਾਰ ਆ ਤੇ ਨਾ केजरीवाल ਦਾ ਉਹ ਘਾਰ ਤੇ ਹੁਣ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਸਾਡੇ ਲੀਡਰਾਂ ਨੇ ਲੈ ਕੇ ਕਿੱਥੇ ਜਾਣਾ ਹੈ ਦੇਸ਼ ਨੂੰ ਕਵਰ ਚੈੱਕ ਕਰਿਓ ਜਾ ਕੇ ਤੇ ਤੁਹਾਨੂੰ ਸਾਰੀ ਗੱਲਬਾਤ ਜਿਹੜੀ ਉਹ ਸਾਹਮਣੇ ਪਤਾ ਲੱਗੇਗੀ ਹਾਸਾ ਵੀ ਬਹੁਤ ਆਏਗਾ